इस हफ्ते साढ़े फैशन ब्लॉग ते जिस स्टार दी असी गल करन वाले हां ओ है ता रॉयल, पर इस रॉयल अंदाज विच भी सानू सिंपलिसिटी दी एक झलक दिखाई है वन एंड ओनली सारा अली खान ने। सारा दे फैशन सेंस दी एक खास क्वालिटी है कि ओ जिन्नी सोहनी वेस्टर्न आउटफिट्स विच लगदी है ओनी ही सोहनी ओ सूट्स विच भी लगदी है। किसी भी आउटफिट नू किवें कैरी करना है इस गल नू सारा चंगी तरह समझदी है। अक्सर कई इवेंट्स ते सारा सूट्स विच नजर आउंदी है। बॉलीवुड विच एथनिक वेयर नू सारा ने एक बार फिर रिवाइव कर दिता है। अपने डेब्यू तो पहला सारा अक्सर सूट्स विच नजर आउंदी सी ते हुण उना दे फेवरेट चिकनकारी सूट्स यूथ दी पहली पसंद बन गए ने। सारा दे एथनिक सूट्स दी कलेक्शन विच 2000 तो लेके 50,000 दी प्राइस तक दे सूट शामिल ने। ਇਹ ਤਾਂ ਹੋਈ ਸੂਟਸ ਦੀ ਗੱਲ, ਹੁਣ ਜ਼ਰਾ ਸਾਰਾ ਦੇ ਵੈਸਟਰਨ ਲੁੱਕਸ ਦੀ ਗੱਲ ਵੀ ਕਰ ਹੀ ਲੈਨੇ ਆ। ਹੁਣ ਉਹਨਾਂ ਦੇ ਇਸ ਡਿਜ਼ਾਈਨਰ ਯੈਲੋ ਟੌਪ ਨੂੰ ਹੀ ਦੇਖ ਲਓ। ਅਬੂ ਜਾਨੀ ਸੰਦੀਪ ਖੋਸਲਾ ਡਿਜ਼ਾਈਨਡ ਇਸ ਯੈਲੋ ਟੌਪ ਦੀ ਕੀਮਤ ਹੈ 50,000 ਰੁਪਏ। ਵੈਸਟਰਨ ਡਰੈਸਿਸ ਦੇ ਮਾਮਲੇ ਵਿੱਚ ਵੀ ਸਾਰਾ ਦਾ ਸਟਾਈਲ ਕਾਫੀ ਹਟ ਕੇ ਹੈ। ਸਾਰਾ ਹੈਂਡ ਬੈਗਸ ਦੀ ਵੀ ਕਾਫੀ ਸ਼ੌਕੀਨ ਹੈ। ਉਹਨਾਂ ਦੀ ਕਲੈਕਸ਼ਨ ਵਿੱਚ ਐਲਵੀ ਤੋਂ ਲੈ ਕੇ ਡਾਇਓਰ ਬ੍ਰਾਂਡ ਤੱਕ ਦੇ ਬੈਗ ਸ਼ਾਮਿਲ ਨੇ। ਇਹਨਾਂ ਬੈਗਸ ਦੀ ਪ੍ਰਾਈਸ 2 ਲੱਖ ਤੋਂ ਲੈ ਕੇ 5 ਲੱਖ ਤੱਕ ਹੈ। ਅਕਸਰ ਫੈਨ ਸੋਚਦੇ ਨੇ ਕਿ ਸਟਾਰਸ ਹਮੇਸ਼ਾ ਡਿਜ਼ਾਈਨਰ ਵੀਅਰ ਪ੍ਰੈਫਰ ਕਰਦੇ ਨੇ। ਸਾਰਾ ਜਦੋਂ ਵੀ ਕਿਸੇ ਸਿਟੀ ਨੂੰ ਵਿਜ਼ਿਟ ਕਰਦੀ ਹੈ ਤਾਂ ਉੱਥੋਂ ਦੀ ਲੋਕਲ ਸ਼ੋਪਿੰਗ ਨੂੰ ਚੈੱਕਆਊਟ ਕਰਨਾ ਨਹੀਂ ਭੁੱਲਦੀ। ਵੈਲ, ਇਹ ਤਾਂ ਸੀ ਸਾਰਾ ਅਲੀ ਖਾਨ ਦੇ ਫੈਸ਼ਨ ਦੀ ਗੱਲ। ਅਗਲੇ ਹਫ਼ਤੇ ਫਿਰ ਕਰਾਂਗੇ ਕਿਸੇ ਹੋਰ ਸੁਪਰਸਟਾਰ ਦੇ ਫੈਸ਼ਨ ਦੀ ਗੱਲ, ਓਨਲੀ ਔਨ ਯੋਰ ਫੇਵਰੇਟ ਸ਼ੋਅ ਫੈਸ਼ਨ ਫੀਵਰ।